ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ। ਸੋ ਸਟੂਡੈਂਟਸ ਨੂੰ ਅਪਲਾਈ ਕਰਨ ਨੂੰ ਲੈ ਕੇ ਜਿਹੜੇ ਸਾਡੇ ਕੋਲ ਸਟੂਡੈਂਟਸ ਦੇ ਸਵਾਲ ਆਏ ਨੇ ਨਾ, ਉਹਨਾਂ ਸਵਾਲਾਂ ਦੇ ਅਸੀਂ ਜਵਾਬ ਜ਼ਰੂਰ ਦੇਣ ਜਾ ਰਹੇ ਹਾਂ, ਕਿਉਂਕਿ ਉਹ ਸਮਾਂ ਹੁਣ ਤੁਸੀਂ ਸਮਝ ਲਓ ਕਿ ਜਾ ਚੁੱਕਿਆ ਕਿ ਜਦੋਂ ਕਹਿੰਦੇ ਇੱਕ ਵਾਰ ਰਿਫਿਊਜ਼ਲ, ਦੋ ਵਾਰ ਰਿਫਿਊਜ਼ਲ, ਬਾਰ ਬਾਰ ਆਪਾਂ ਰੀਅਪਲਾਈ ਕਰਦੇ ਰਹਿੰਦੇ ਹਾਂ। ਕੈਨੇਡਾ ਵੀ ਜੋ ਹੈ ਬਹੁਤ ਜ਼ਿਆਦਾ ਫੋਕਸਡ ਹੋ ਗਿਆ ਚੰਗੇ ਸਟੂਡੈਂਟਸ ਲਈ, ਸੀਟਸ ਲਿਮਿਟਿਡ ਕਰ ਦਿੱਤੀਆਂ ਗਈਆਂ ਨੇ। ਅਜਿਹੇ ਵਿੱਚ ਸਵਾਲ ਹੈ ਸਟੂਡੈਂਟਸ ਦਾ ਸਭ ਤੋਂ ਵੱਡਾ ਕਿ ਕਿਹੜੇ ਪ੍ਰੋਵਿੰਸ ਵੱਲ ਅਸੀਂ ਅੱਗੇ ਵਧੀਏ ਔਰ ਕਿਵੇਂ ਅਸੀਂ ਸਿਲੈਕਟ ਕਰੀਏ ਆਪਣੀ ਪ੍ਰੋਫਾਈਲ ਦੇ ਨਾਲ ਕੋਰਸਿਸ ਪਲੱਸ ਕਾਲਜ ਔਰ ਪ੍ਰੋਵਿੰਸ। ਸੋ ਇਸੇ ਦੇ ਉੱਪਰ ਫੋਕਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਬੇਸਿਕ ਇਹੀ ਹੈ ਤਾਂ ਕਿ ਸਟੂਡੈਂਟ ਜਦੋਂ ਉੱਥੇ ਪਹੁੰਚੇ ਤਾਂ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਬਹੁਤ ਹੀ ਖਾਸ ਗੱਲਾਂ ਨੇ ਜੋ ਕਿ ਤੁਹਾਡੇ ਨਾਲ ਅੱਜ ਸਾਂਝੇ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸੋ ਨੈਵੀਗੇਟਰਸ ਓਵਰਸੀਜ਼ ਔਰ ਵੀਨਾ ਮੈਮ ਜੋ ਕਿ ਤਕਰੀਬਨ 26-27 ਸਾਲਾਂ ਤੋਂ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਨੇ, ਸਹੀ ਸਲਾਹ ਉਹਨਾਂ ਨੂੰ ਦਿੰਦੇ ਆ ਰਹੇ ਨੇ ਪ੍ਰੋਫਾਈਲ ਦੇ ਅਕੋਰਡਿੰਗਲੀ ਕਿ ਉਹ ਕਿਵੇਂ ਸਹੀ ਰਾਹ 'ਤੇ ਅੱਗੇ ਵਧਣ ਅਤੇ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕਣ। ਅੱਜ ਜਿਵੇਂ ਆਪਾਂ ਗੱਲ ਕੈਨੇਡਾ ਦੀ ਕਰ ਰਹੇ ਹਾਂ ਤਾਂ ਮੈਮ ਜ਼ਰੂਰ ਇੱਥੇ ਦੱਸੋ, ਜਦ ਹੁਣ ਆਪਾਂ ਅਪਡੇਟਸ ਦੀ ਹਮੇਸ਼ਾ ਹਰੇਕ ਅਪਡੇਟ ਦੀ ਜਾਣਕਾਰੀ ਵੀ ਇਹਨਾਂ ਵੀਡੀਓਜ਼ ਦੇ ਜ਼ਰੀਏ ਸਟੂਡੈਂਟਸ ਨੂੰ ਦੇ ਰਹੇ ਹਾਂ ਲਗਾਤਾਰ। ਹੁਣ ਜਿਹੜੇ ਸਟੂਡੈਂਟ ਨੇ ਅਪਲਾਈ ਕਰਨਾ ਹੈ, ਖਾਸ ਤੌਰ 'ਤੇ ਆਪਾਂ ਫਰੈਸ਼ ਸਟੂਡੈਂਟ ਦੀ ਵੀ ਗੱਲ ਕਰ ਰਹੇ ਹਾਂ, ਪਲੱਸ ਟੂ ਕਰ ਲਈ ਹੈ, ਸਟੂਡੈਂਟ ਦੇ ਕੋਲ ਢੇਰ ਸਾਰੀਆਂ ਆਪਸ਼ਨਸ ਹੁੰਦੀਆਂ, ਕਈ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ, ਪਰ ਤੁਹਾਡੇ ਤੋਂ ਅਸੀਂ ਇੱਕ ਮਾਹਿਰ ਸਲਾਹ ਚਾਹੁੰਦੇ ਹਾਂ ਸਟੂਡੈਂਟਸ ਨੂੰ ਤੁਸੀਂ ਤਾਂ ਕਿ ਚੰਗੇ ਢੰਗ ਨਾਲ ਸਮਝਾ ਸਕੋ। ਕੈਨੇਡਾ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ, ਕਮਿੰਗ ਇਨਟੇਕ ਦੀ ਆਪਾਂ ਗੱਲ ਕਰ ਰਹੇ ਹਾਂ, ਕਿਹੜੀ ਗੱਲਾਂ ਦਾ ਧਿਆਨ ਰੱਖਣ, ਪ੍ਰੋਫਾਈਲ ਵਾਈਜ਼ ਕਿਵੇਂ ਸਹੀ ਸਿਲੈਕਸ਼ਨ ਕਰਨ ਕੋਰਸ ਦੀ, ਪ੍ਰੋਵਿੰਸ ਦੀ, ਕਾਲਜ ਦੀ। ਹਰਜੋਤ, ਇਹ ਬਹੁਤ ਇੰਪਾਰਟੈਂਟ ਜਿਹੜਾ ਕੁਐਸਚਨ ਹੈ ਕਿ ਉਹ ਕਿੱਦਾਂ ਜਿਹੜਾ ਸਿਲੈਕਸ਼ਨ ਕਰਨ ਜੀ। ਦੇਖੋ, ਜਿਹੜੀ ਵੀ ਸਟ੍ਰੀਮ ਸਕਿੱਲ ਆਕੂਪੇਸ਼ਨ ਲਿਸਟ ਹੈ, ਸਕਿੱਲ ਸ਼ੋਰਟੇਜ ਦੇ ਵਿੱਚ ਹੈ, ਉਸ ਦੇ ਵਿੱਚ ਕਦੀ ਵੀ ਸਟੂਡੈਂਟ ਨੂੰ ਪ੍ਰੋਬਲਮ ਨਹੀਂ ਆਏਗੀ ਜੋਬ ਲੈਣ 'ਚ, ਸੈਟਲਮੈਂਟ ਦੇ ਵਿੱਚ, ਮਤਲਬ ਕਿਸੇ ਵੀ ਹਿਸਾਬ ਤੋਂ। ਲੇਕਿਨ ਬੱਚਾ ਪੜ੍ਹਨ ਵਾਲਾ ਹੋਣਾ ਚਾਹੀਦਾ। ਜ਼ਿਆਦਾਤਰ ਸਟੂਡੈਂਟ ਜਿਹੜਾ ਯੂਨੀਵਰਸਿਟੀ ਦੀ ਬਜਾਏ ਕਾਲਜਿਸ ਦੇ ਵਿੱਚ ਜਾਂਦੇ, ਕਾਲਜਿਸ ਦੀ ਪੜ੍ਹਾਈ ਇੰਨੀ ਜ਼ਿਆਦਾ ਟਫ ਨਹੀਂ ਹੁੰਦੀ ਹੈ, ਮਤਲਬ ਉਹਨਾਂ ਦੀ ਵਰਕ ਲਾਈਫ ਔਰ ਉਹਨਾਂ ਦੀ ਜਿਹੜੀ ਸਟੱਡੀ ਲਾਈਫ ਦਾ ਆਪਸ 'ਚ ਬੈਲੈਂਸ ਬੜਾ ਪ੍ਰੋਪਰ ਬਣਦਾ, ਕਿਉਂਕਿ ਕਾਲਜਿਸ ਜਿਹੜੇ ਇੰਨੀ ਹਾਰਡ ਉਹਦੇ ਵਿੱਚ ਨਹੀਂ ਨਿਕਲਦੇ। ਜਾਂ ਯੂਨੀਵਰਸਿਟੀਆਂ ਦਾ ਆਪਾਂ ਦੇਖੀਏ ਤਾਂ ਥੋੜ੍ਹਾ ਜ਼ਿਆਦਾ ਪ੍ਰੈਸ਼ਰ ਹੁੰਦਾ। ਹੁਣ ਸਟੂਡੈਂਟ ਜਿਹੜਾ, ਜੇ ਸਮਝੋ ਇੰਜੀਨੀਅਰਿੰਗ ਦਾ ਕੋਈ ਮਰਜ਼ੀ ਪ੍ਰੋਗਰਾਮ ਤੁਸੀਂ ਚੱਕ ਲਓ, ਜਾਂ ਫਿਰ IIT ਦਾ ਕੋਈ ਮਰਜ਼ੀ ਪ੍ਰੋਗਰਾਮ ਦੇਖ ਲਓ ਤੁਸੀਂ, ਹੈਲਥ ਸਾਇੰਸ ਦਾ ਕੋਈ ਮਰਜ਼ੀ ਪ੍ਰੋਗਰਾਮ ਦੇਖ ਲਓ, ਸਕਿੱਲ ਆਕੂਪੇਸ਼ਨ ਲਿਸਟ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਚੈੱਕ ਕਰਨੀ ਚਾਹੀਦੀ ਹੈ। ਉਹਦੇ ਨਾਲ ਉਹਨਾਂ ਨੂੰ ਇਹ ਵੀ ਪਤਾ ਚੱਲ ਜਾਂਦਾ ਕਿਹੜੇ ਪ੍ਰੋਗਰਾਮ ਦੇ ਵਿੱਚ ਕਿੰਨੀ ਸੈਲਰੀ ਮਿਲ ਰਹੀ ਆ। ਜਿੰਨੀ ਜ਼ਿਆਦਾ ਉਹਦੇ ਵਿੱਚ ਸ਼ੋਰਟੇਜ ਹੋਏਗੀ ਵਰਕਫੋਰਸ ਦੀ, ਜਿਹੜਾ ਮਤਲਬ ਉਹ ਕੋਰਸ ਕਰਕੇ ਸਟੂਡੈਂਟ ਜਾਂ ਅਪਲਾਈ ਕਰਦਾ, ਨੈਚੁਰਲ ਹੈ ਉਹਨੂੰ ਸੈਲਰੀ ਵੀ ਜ਼ਿਆਦਾ ਮਿਲੇਗੀ, ਸੈਟਲਮੈਂਟ ਆਪਸ਼ਨ ਵੀ ਬਹੁਤ ਈਜ਼ੀ ਹੋਏਗੀ। ਔਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹਮੇਸ਼ਾ ਰੀਜਨਲ 'ਚ ਜਾਣਾ ਚਾਹੀਦਾ, ਕਿਉਂਕਿ ਰੀਜਨਲ 'ਚ ਜਿਹੜੇ ਆ ਇਹਨਾਂ ਦੇ ਪੁਆਇੰਟਸ ਹਮੇਸ਼ਾ ਵੱਧਦੇ ਆ। ਹੁਣ ਕਿਉਂਕਿ PL ਸਿਸਟਮ ਦੇ ਨਾਲ ਜਿਹੜੀ ਅਟੈਸਟੇਸ਼ਨ ਲੈਟਰ ਦੇ ਨਾਲ ਕਾਲਜਿਸ ਨੇ ਕੀ ਕੀਤਾ ਕਿ ਜਿਹੜੇ ਵਾਕਈ 'ਚ ਜਿਹੜੀ ਮੈਂ ਗੱਲ ਕਰ ਰਹੀ ਹਾਂ, ਖਾਲੀ ਉਹੀ ਕੋਰਸਿਸ ਦੇ ਵਿੱਚ ਪਹਿਲੇ PL ਦੇ ਰਹੇ ਆ, ਕਿਉਂਕਿ ਉਹ ਚਾਹੁੰਦੇ ਆ ਕਿ ਉਹ ਕੋਈ ਵੀਜ਼ਾ ਖਰਾਬ ਨਹੀਂ ਕਰਨਾ ਚਾਹੁੰਦੇ, ਉਹਨਾਂ ਦੇ ਕੋਲ ਲਿਮਿਟਡ ਸੀਟਾਂ, ਅਤੇ ਉਹ ਚਾਹੁੰਦੇ ਪਹਿਲੇ ਅੱਛੇ ਕੋਰਸਿਸ ਦੀ ਸੀਟਾਂ ਭਰਨ। ਕਿਉਂਕਿ ਮੰਨ ਲਓ ਕਿਸੇ ਕੋਲ ਪਹਿਲੇ ਜਾਂ ਕੋਟਾ ਸੀ 5,000 ਦਾ, ਜਾਂ ਉਹਨੂੰ ਹੁਣ ਮਿਲਿਆ 3,500 ਦਾ, 1,500 ਦਾ ਆਲਰੇਡੀ ਘੱਟ ਹੋ ਗਿਆ, ਅਤੇ ਹੁਣ ਉਹ 3,500 ਆਪਣਾ ਖਰਾਬ ਨਹੀਂ ਕਰਨਾ ਚਾਹੁੰਦੇ, ਅਤੇ ਉਹਨਾਂ ਨੂੰ ਹੈ ਕਿ ਅੱਛੇ ਕੋਰਸ 'ਚ ਦਈਏ, ਜਿਹੜਾ ਕੋਰਸ ਮੰਨ ਲਓ ਕਾਮਨ ਕੋਰਸ ਹੈ ਉਹਦੇ ਵਿੱਚ ਉਹ PL ਜਾਂ ਸੀਟਾਂ ਬਚਣਗੀਆਂ ਫਿਰ ਦੇਣਗੇ, ਨਹੀਂ ਤਾਂ ਨਹੀਂ ਦੇਣਗੇ। ਤਾਂ ਦੈਟ ਮੀਨਸ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਹੋਏਗਾ।
ਕਿਉਂਕਿ ਇਹਨਾਂ ਨੇ ਕੋਟਾ ਪਹਿਲੇ ਮੈਂ ਕਈ ਪ੍ਰੋਗਰਾਮ 'ਚ ਦੱਸ ਚੁੱਕੀ ਹਾਂ ਕਿ ਇਹਨਾਂ ਨੇ ਵੈਸੇ ਹੀ ਬਹੁਤ ਅੱਛਾ ਕੋਟਾ ਹਰ ਕੋਲੇਜ ਨੂੰ ਦਿੱਤਾ, ਕੁਛ ਪ੍ਰੋਵਿੰਸ 'ਚ ਕੁਛ ਕੋਲੇਜਿਸ ਦਾ ਘੱਟ ਕੀਤਾ, ਕਿਸੇ ਨੂੰ ਜ਼ਿਆਦਾ ਆਇਆ, ਅਤੇ ਉਹ ਕੋਈ ਇੰਨਾ ਫਰਕ ਨਹੀਂ ਪਿਆ। ਲੇਕਿਨ ਇਹ ਹੈ ਕਿ ਹੁਣ ਜਿਹੜਾ ਸਟੂਡੈਂਟ ਥੋੜ੍ਹਾ ਅਵੇਅਰ ਹੋਏਗਾ, ਕੁਆਲਿਟੀ ਅਵੇਅਰ ਹੋਏਗੀ, ਕਿਉਂਕਿ ਪਿਛਲੇ ਕੁਛ ਸਾਲਾਂ 'ਚ ਕੁਆਲਿਟੀ ਬਹੁਤ ਡਾਊਨ ਜਾ ਰਹੀ ਸੀ। ਕਿਸੇ ਵੀ ਬੱਚੇ ਨੂੰ ਵੀਜ਼ਾ ਮਿਲ ਜਾਂਦਾ ਸੀ, ਕਿਸੇ ਨੂੰ ਨਹੀਂ ਮਿਲਦਾ ਸੀਗਾ। ਹੁਣ ਕਿਉਂਕਿ ਜਿਹੜਾ ਇਹ ਅਟੈਸਟੇਸ਼ਨ ਲੈਟਰ ਸਟਾਰਟ ਹੋਈ ਹੈ, ਨਾਲ ਪ੍ਰੋਵਿੰਸਿਸ ਬਾਈ ਵਾਈਜ਼ ਜਿਹੜਾ ਕੋਟਾ ਸਟਾਰਟ ਹੋਇਆ, ਅਤੇ ਉਹਦੇ ਕਾਰਨ ਜਿਹੜਾ ਇੱਕ ਸਟੂਡੈਂਟ ਨੂੰ ਅਵੇਅਰ ਹੋਣਾ ਪਏਗਾ ਕਿ ਅੱਛੇ ਸਟੂਡੈਂਟ ਨੂੰ ਹੀ PEL ਮਿਲਣੀ ਹੈ। ਇਸ ਕਰਕੇ ਨੈਚੁਰਲ ਹੈ ਇਹਨਾਂ ਨੂੰ ਅਵੇਅਰ ਹੋਣਾ ਪਏਗਾ, ਔਰ ਅਵੇਅਰ ਹੋਣਗੇ ਤਾਂ ਨੈਚੁਰਲ ਹੈ ਇਹਨਾਂ ਦੀ ਜੋਬਸ ਅੱਛੀ ਹੋਣਗੀਆਂ, ਜੋਬਸ ਅੱਛੀ ਹੋਣਗੀਆਂ ਅਤੇ ਸੈਟਲਮੈਂਟ ਆਪਸ਼ਨ ਆਪਣੇ ਆਪ ਬਣ ਜਾਏਗੀ, ਸੈਲਰੀ ਬਹੁਤ ਅੱਛੀ ਮਿਲਣਗੀਆਂ। ਅਤੇ ਸਟੂਡੈਂਟ ਦਾ ਵੀ ਜਿਹੜੀ ਇੱਕ ਨੈਗੇਟਿਵ ਇਹਨਾਂ ਦੇ ਵਿੱਚ ਇੱਕ ਨੈਗੇਟਿਵਿਟੀ ਆ ਗਈ ਸੀ, ਜੋਬ ਨਹੀਂ ਮਿਲ ਰਹੀ ਹੈ, ਇਹਦੇ ਨਾਲ ਇਹ ਅੱਗੇ ਆਉਣ ਵਾਲੇ ਸਾਲਾਂ 'ਚ ਤੁਸੀਂ ਦੇਖਣਾ ਕਿੰਨੀ ਤੇਜ਼ੀ ਨਾਲ ਫਰਕ ਪਏਗਾ। ਤੁਸੀਂ ਦੇਖ ਲਓ, ਸਾਲ ਦੀ ਗੱਲ ਹੈ, ਇੱਕ ਸਾਲ ਦੇ ਅੰਦਰ ਤੁਹਾਨੂੰ ਇਹ ਸਾਰੇ ਜਿਹੜੇ ਹੁਣ ਜਿਹੜੇ ਡਾਟਾ ਆਏ ਕਿ ਇੱਦਾਂ ਹੋ ਰਿਹਾ ਉੱਦਾਂ ਹੋ ਰਿਹਾ, ਉਹ ਸਾਰੇ ਚੇਂਜ ਹੋ ਜਾਣਗੇ। ਹਾਂ, ਜਿਹੜੇ ਸਟੂਡੈਂਟ ਹੁਣ ਅਪਲਾਈ ਕਰਨਗੇ, ਕਿਉਂਕਿ ਇੱਕ ਸਾਲ ਦਾ ਇਹ ਜਿਹੜਾ ਆਪਣਾ GIC ਆਪਣੇ ਨਾਲ ਲੈ ਕੇ ਜਾ ਰਹੇ ਆ, ਇੱਕ ਸਾਲ ਦੀ ਫੀਸ ਦੇ ਕੇ ਜਾ ਰਹੇ ਆ, ਸਾਲ ਵਾਸਤੇ ਤਾਂ ਇਹਨਾਂ ਨੂੰ ਕੋਈ ਟੈਨਸ਼ਨ ਵੈਸੇ ਵੀ ਨਹੀਂ ਹੈ। ਔਰ ਗਰੰਟਿਡ ਇਹ ਗੱਲ ਮੈਂ ਜ਼ਰੂਰ ਕਹੂੰਗੀ ਕਿ ਜਿਹੜੇ ਸਟੂਡੈਂਟ 'ਚ ਕੋਈ ਵੀ ਹੁਨਰ ਹੈ, ਜਦ ਤੱਕ ਫਾਈਲ ਲੱਗਦੀ ਹੈ, ਕੋਈ ਛੋਟੇ ਮੋਟੇ ਕੋਰਸ ਇੱਥੇ ਕਰ ਲੈਂਦਾ, ਅਤੇ ਉਹਨੂੰ ਵੈਸੇ ਵੀ ਉੱਥੇ ਜਾ ਕੇ ਕੋਈ ਪ੍ਰੋਬਲਮ ਨਹੀਂ ਹੁੰਦੀ। ਪ੍ਰੋਬਲਮ ਕਿਹਨੂੰ ਹੁੰਦੀ ਹੈ? ਜਿਹਨਾਂ ਦੀ ਇੰਗਲਿਸ਼ ਬੜੀ ਅੱਛੀ ਨਹੀਂ ਹੈ, ਉਹ ਹੀ ਕੰਮ ਕਰਨ ਦਾ ਸਕਿੱਲ ਨਹੀਂ ਹੈ, ਅਤੇ ਉੱਥੇ ਉਹ ਕਿਸ ਚੀਜ਼ 'ਚ ਕੰਮ ਕਰਨਗੇ? ਜਿਹਨਾਂ ਦੇ ਵਿੱਚ ਕੋਈ ਸਕਿੱਲ ਹੈ, ਇੰਗਲਿਸ਼ ਅੱਛੀ ਹੈ, ਉਹਨਾਂ ਨੂੰ ਵੈਸੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ। ਬਿਲਕੁਲ ਸਹੀ ਕਿਹਾ ਮੈਮ ਤੁਸੀਂ। ਔਰ ਦੇਖੋ, ਸਟੂਡੈਂਟਸ ਨੂੰ ਇੱਥੇ ਜ਼ਰੂਰ ਸਮਝਣਾ ਚਾਹੀਦਾ ਕਿ ਇਸ ਸਮੇਂ ਦੇ ਵਿੱਚ ਸਹੀ ਡਿਸੀਜ਼ਨ ਲਓਗੇ ਅਤੇ ਸਹੀ ਰਿਜ਼ਲਟ ਤੁਹਾਨੂੰ ਮਿਲਣਗੇ, ਅਤੇ ਸਹੀ ਰਿਜ਼ਲਟ ਤਾਂ ਹੀ ਮਿਲਣਗੇ ਜੇਕਰ ਤੁਸੀਂ ਇੱਕ ਚੰਗੇ ਕੰਸਲਟੈਂਟ ਦੀ, ਮਾਹਿਰ ਕੰਸਲਟੈਂਟ ਦੀ ਸਲਾਹ ਲਓਗੇ। ਅਸੀਂ ਤਾਂ ਸਟੂਡੈਂਟਸ ਦੇ ਲਈ ਇੱਕ ਮਾਹਿਰ ਸਲਾਹ ਮੈਮ ਦੇ ਜ਼ਰੀਏ ਤੁਹਾਡੇ ਤੱਕ, ਸਾਰਿਆਂ ਤੱਕ ਪਹੁੰਚਾਉਂਦੇ ਹੀ ਹਾਂ, ਤਾਂ ਕਿ ਸਟੂਡੈਂਟ ਕਿਤੇ ਵੀ ਮਿਸਗਾਈਡ ਨਾ ਹੋਣ। ਮੈਮ ਆਪਣੇ ਇੰਨੇ ਸਾਲਾਂ ਦੇ ਤਜ਼ੁਰਬੇ ਦੇ ਨਾਲ ਤੁਹਾਨੂੰ ਬਹੁਤ ਹੀ ਚੀਜ਼ਾਂ ਸਮਝਾਉਂਦੇ ਨੇ, ਚਾਹੇ ਕੋਈ ਛੋਟੀ ਗੱਲ ਹੈ ਚਾਹੇ ਵੱਡੀ, ਹਰੇਕ ਫੈਕਟ ਤੁਹਾਡੇ ਅੱਗੇ ਰੱਖਿਆ ਜਾਂਦਾ ਹੈ ਕਿ ਤੁਸੀਂ ਇਹਨਾਂ ਨੂੰ ਸਮਝੋ ਔਰ ਸਹੀ ਢੰਗ ਦੇ ਨਾਲ ਆਪਣੀ ਫਾਈਲ ਲਗਾ ਕੇ ਅਪਲਾਈ ਕਰ ਸਕੋ। ਕੋਈ ਸਵਾਲ ਹੈ ਤੁਹਾਡੇ ਮਨ ਵਿੱਚ ਅਪਲਾਈ ਕਰਨ ਨੂੰ ਲੈ ਕੇ, ਤੁਹਾਡੀ ਪ੍ਰੋਫਾਈਲ ਨੂੰ ਲੈ ਕੇ, ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਦਾ, ਇਸ ਉੱਪਰ ਕਾਲ ਕਰੋ, ਪੂਰੀ ਜਾਣਕਾਰੀ ਲਓ। ਅਗਰ ਤੁਸੀਂ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਉਣਾ ਚਾਹੋ ਤਾਂ ਵਟਸਐਪ ਦੇ ਜ਼ਰੀਏ ਵੀ ਆਪਣੇ ਡਾਕੂਮੈਂਟ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ, ਤਾਂ ਕਿ ਅਸੈਸਮੈਂਟ ਕਰਕੇ ਸਹੀ ਆਪਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ। ਬਹੁਤ ਬਹੁਤ ਥੈਂਕਸ ਮੈਮ, ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਸੀਂ ਸਟੂਡੈਂਟਸ ਨੂੰ ਅਵੇਅਰ ਕੀਤਾ, ਗਾਈਡ ਕੀਤਾ, ਤਾਂ ਕਿ ਸਹੀ ਢੰਗ ਦੇ ਨਾਲ ਸਟੂਡੈਂਟ ਅੱਗੇ ਵਧੇ, ਸਹੀ ਪ੍ਰੋਸੈਸ ਦੇ ਨਾਲ ਆਪਣਾ ਵੀਜ਼ਾ ਵੀ ਹਾਸਲ ਕਰ ਸਕੇ। ਅਤੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।